ਕਲਾਤੀਤਮ ਤਸਮੈ ਸ਼੍ਰੀ ਗੁਰੂਰੇ ਨਮਃ ਸਰਵਸੁਰਤੀ ਸ਼ਿਰੋ ਰਤਨ ਵਿਰਾਜਿਤ ਪਦਾਂ ਵੇਦਾਂਤਾ ਵੰਦਮਾਤੰਦੁ ਤਸਮੈ ਸ਼੍ਰੀ ਗੁਰੂਰੇ ਨਮਃ ਅਗਿਆਨ ਤੀਰਾਂ ਗਿਆਨ ਅੰਜਨ ਸ਼ਿਲਾਕਿਆਂ ਚਕਸ਼ੁਰੂ ਨਿਮ੍ਰਿਤ ਮੇਨੇ ਤਸਮੈ ਸ਼੍ਰੀ ਗੁਰੂਰੇ ਨਮਃ ਗੁਰੂਰ ਬ੍ਰਹਮਾ ਗੁਰੂਰ ਵਿਸ਼ਨੂੰ ਗੁਰੂਰ ਦੇਵੋ ਮਹੇਸ਼ਰੈ ਗੁਰੂਰੇਵ ਪਰਮ ਬ੍ਰਹਮ ਤਸਮੈ ਸ਼੍ਰੀ ਗੁਰੂਰੇ ਨਮਃ ਅਖੰਡ ਮੰਡਲਾਕਾਰੰ ਵਿਆਪਤਮ ਏਨੇ ਚਰਾਚਰੰ ਤਤ ਪਦਮ ਦਰਸ਼ਿਤਮ ਮੇਨੇ ਤਸਮੈ ਸ਼੍ਰੀ ਗੁਰੂਰੇ ਨਮਃ ਅਖੰਡਾਨੰਦ ਬੋਧਾਏ ਸ਼ਿਸ਼ ਸਮਤਾਪ ਹਾਰਨੇ ਸੱਚਦਾਨੰਦ ਰੂਪਾਏ ਰਾਮਾਏ ਗੁਰੂਏ ਓਮ ਪੂਰਨ ਮਦ ਪੂਰਨ ਮਦੰ ਪੂਰਨਾਤ ਪੂਰਨ ਮਦਚਯਤੇ ਪੂਰਨਸਯ ਪੂਰਨ ਮਾਧਾਏ ਪੂਰਨਮੇਵਾਵਸ਼ਿਸ਼ਯਤੇ ਓਮ ਸ਼ਾਂਤੀ 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 ਪਰਮ ਪੂਜਨੀਏ ਜਤੀ ਮੰਡਲ ਮਹਾਂਪੁਰਸ਼ੋ ਈਸ਼ਵਰ ਅਨੁਰਾਗੀ ਸੱਜਣੋ ਮਾਤਾਓ ਤਥਾ ਦੇਵੀਓ ਕੋਈ ਐਸੀ ਗੱਲ ਵਕਾਇਆ ਨਹੀਂ ਰਹਿ ਗਈ ਜੋ ਤੁਹਾਨੂੰ ਮਹਾਂਪੁਰਸ਼ਾਂ ਨੇ ਜਾਂ ਭਗਤਾਂ ਨੇ ਨਾ ਕਹੀ ਹੋਵੇ ਫਿਰ ਵੀ ਇੱਕ ਇੱਕ ਗੱਲ ਨੂੰ ਬਹੁਤ ਦਫਾ ਕਹਿਣਾ ਪੈਂਦਾ ਹੈ ਇਹਨੂੰ ਸਧਾਰਨ ਗੱਲ ਨਹੀਂ ਸਮਝ ਲੈਣਾ ਤੁਸੀਂ ਜਿਹੜੇ ਮੌਕੇ ਦਾ ਲਾਭ ਲੈ ਰਹੇ ਨੇ ਇਹ ਤਾਂ ਜਦ ਮਨੁੱਖ ਦੇ ਲੱਖਾਂ ਜਨਮਾਂ ਦੇ ਪੁੰਨ ਇਕੱਠੇ ਹੁੰਦੇ ਨੇ ਤਦ ਮਨ ਦੇ ਵਿੱਚ ਸੰਕਲਪ ਉੱਠਦਾ ਹੈ ਕਿ ਮੈਂ ਕਿਸੇ ਧਰਮ ਸਥਾਨ ਦੇ ਉੱਪਰ ਜਾਵਾਂ ਫਿਰ ਉੱਥੇ ਜਾਣਾ ਜਾਂ ਉੱਥੇ ਸੇਵਾ ਕਰਨੀ ਜਾਂ ਉੱਥੇ ਦਾਨ ਕਰਨਾ ਜਾਂ ਉੱਥੇ ਬਾਣੀ ਸੁਣਨੀ ਗਊਆਂ ਮਾਤਾ ਦੇ ਦਰਸ਼ਨ ਕਰਨੇ ਜਾਂ ਸੰਤਾਂ ਦੇ ਦਰਸ਼ਨ ਕਰਨੇ ਜਾਂ ਸੱਜਣ ਪੁਰਸ਼ਾਂ ਦੇ ਸ਼ਬਦ ਸੁਣਨੇ ਜਾਂ ਦਰਸ਼ਨ ਕਰਨੇ ਉਹਦੇ ਲਈ ਤਾਂ ਨਾ ਜਾਣੇ ਕਿੰਨੇ ਜਨਮਾਂ ਦੇ ਪੁੰਨ ਤੁਹਾਡੇ ਸਾਹਮਣੇ ਫਲ ਦੇਣ ਵਾਸਤੇ ਆ ਗਏ ਹੋਣਗੇ ਇਸ ਲਈ ਵਾਰੰਵਾਰ ਤੁਹਾਡੇ ਲੋਕਾਂ ਨੂੰ ਸੰਤਾਂ ਨੇ ਭਾਗਸ਼ਾਲੀ ਕਿਹਾ ਹੈ ਭਾਗਸ਼ਾਲੀ ਉਹਨਾਂ ਲੋਕਾਂ ਨੂੰ ਨਹੀਂ ਕਿਹਾ ਜਾਂਦਾ ਜਿਹੜੇ ਧਨਪਾਤਰੀ ਹੋਇਆ ਕਰਦੇ ਨੇ ਜਾਂ ਵੱਡੇ ਚੌੜੇ ਲੰਬੇ ਪਰਿਵਾਰ ਵਾਲੇ ਹੋਇਆ ਕਰਦੇ ਹਨ ਅਥਵਾ ਕੋਈ ਵੱਡੇ ਅਹੁਦਿਆਂ ਵਾਲੇ ਹੋਇਆ ਕਰਦੇ ਨੇ ਇਹ ਗੱਲ ਨਹੀਂ ਹੈ ਵੇਦਾਂ ਗ੍ਰੰਥਾਂ ਨੇ ਤਾਂ ਹਰ ਗੱਲ ਦਾ ਨਿਰਣਾ ਕੀਤਾ ਵਾ ਹੈ ਸੰਤ ਤੁਲਸੀਦਾਸ ਜੀ ਕਹਿੰਦੇ ਸੰਤ ਸਮਾਗਮ ਹਰੀ ਕਥਾ ਸੰਤਾਂ ਦਾ ਸਮੂਹ ਮਿਲ ਜਾਣਾ ਉਹਨਾਂ ਦੇ ਦੁਆਰਾ ਪਰਮਾਤਮਾ ਦੇ ਗੁਣ ਗਾਏ ਵੀ ਸੁਣਨ ਵਾਸਤੇ ਮਿਲ ਜਾਣੇ ਸੰਤ ਸਮਾਗਮ ਹਰੀ ਕਥਾ ਤੁਲਸੀ ਦੁਰਲਭ ਦੋਏ ਇਹ ਦੋ ਗੱਲਾਂ ਜਿਹੜੀਆਂ ਨੇ ਬੜੀਆਂ ਕਠਿਨ ਨੇ
ਬਹੁਤੇ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੋਇਆ ਕਰਦੀਆਂ ਨੇ। ਸੰਤ ਸਮਾਗਮ ਹਰੀ ਕਥਾ ਤੁਲਸੀ ਦੋਏ, ਸੁੱਤ ਦਾਰਾ ਗ੍ਰਹਿ ਲਕਸ਼ਮੀ ਪਾਪੀ ਕਵੀ ਹੋਏ। ਕਹਿੰਦੇ ਸੰਤਾਂ ਕਾ ਸਮਾਗਮ, ਸੰਤਾਂ ਦੇ ਦੁਆਰਾ ਪਰਮਾਤਮਾ ਦੇ ਗੁਣ ਸੁਣਨ ਵਾਸਤੇ ਮਿਲਦੇ, ਇਹ ਦੋ ਗੱਲਾਂ ਬੜੀਆਂ ਕਠਿਨ ਨੇ। ਇਹ ਤਾਂ ਜਿਹਨਾਂ ਲੋਕਾਂ ਪਰ ਅਤਿਅੰਤ ਪਰਮਾਤਮਾ ਦੀ ਕਿਰਪਾ ਹੋ ਜਾਇਆ ਕਰਦੀ ਹੈ, ਉਹਨਾਂ ਲੋਕਾਂ ਨੂੰ ਵੀ ਏਦਾਂ ਦਾ ਸਮੇਂ ਪ੍ਰਾਪਤ ਹੋਇਆ ਕਰਦਾ ਹੈ। ਸੰਤ ਸਮਾਗਮ ਹਰੀ ਕਥਾ ਤੁਲਸੀ ਦੁਰਲਭ ਦੋਏ, ਇਹ ਦੋ ਬਾਤਾਂ ਬੜੀਆਂ ਕਠਿਨ ਨੇ, ਬੜੇ ਭਾਗਾਂ ਵਾਲੇ ਨੂੰ ਪ੍ਰਾਪਤ ਹੁੰਦੀਆਂ। ਸੁੱਤ ਦਾਰਾ ਗ੍ਰਹਿ ਲਕਸ਼ਮੀ, ਸੁੱਤ ਕਹਿੰਦੇ ਨੇ ਪੁੱਤਰ ਨੂੰ, ਦਾਰਾ ਕਹਿੰਦੇ ਇਸਤਰੀ ਨੂੰ, ਔਰ ਧਨ ਆਦਿਕ ਕਹਿੰਦੇ ਤਾਂ ਪਾਪੀਆਂ ਕੋਲ ਵੀ ਦੇਖੇ ਜਾਂਦੇ ਨੇ। ਇਹ ਤਾਂ ਮਾੜੇ ਤੇ ਮਾੜੇ ਲੋਕਾਂ ਦੇ ਕੋਲ ਧਨ ਦੇਖਿਆ ਜਾਂਦਾ ਹੈ, ਪੁੱਤਰ ਦੇਖੇ ਜਾਂਦੇ ਨੇ, ਬੜਬੜੀਆਂ ਹਵੇਲੀਆਂ ਉਹਨਾਂ ਕੋਲ ਦੇਖੀਆਂ ਜਾਂਦੀਆਂ ਨੇ, ਪਰ ਉਹ ਪਾਤਸ਼ਾਹੀ ਨਹੀਂ ਕਹਿਲਾ ਸਕਦੇ ਹਨ। ਸੰਤਾਂ ਦੀ ਭਾਸ਼ਾ ਔਰ ਦੂਸਰੇ ਲੋਕਾਂ ਦੀ, ਲੋਕਲ ਲੋਕਾਂ ਦੀ ਭਾਸ਼ਾ ਦਾ ਬੜਾ ਅੰਤਰ ਹੋਇਆ ਕਰਦਾ ਹੈ। ਇਸ ਲਈ ਤੁਹਾਨੂੰ ਪਾਤਸ਼ਾਹੀ ਕਹਿੰਦੇ ਨੇ, ਤੁਹਾਡੇ ਘਰ ਨਹੀਂ ਜਾ ਕੇ ਇਹਨਾਂ ਨੇ ਦੇਖੇ, ਤੁਹਾਡੇ ਕਾਰੋਬਾਰ ਨਹੀਂ ਦੇਖੇ, ਪਰ ਤੁਹਾਡਾ ਕਰਮ ਹੀ ਦੇਖਿਆ ਹੈ, ਤੁਹਾਡਾ ਭਾਗ ਹੀ ਦੇਖ ਕੇ ਤੁਹਾਨੂੰ ਪਾਤਸ਼ਾਹੀ ਕਹਿ ਰਹੇ ਨੇ। ਇਸ ਲਈ ਬਹੁਤ ਕੁਝ ਤੁਸੀਂ ਸੁਣ ਲਿਆ, ਮੇਰਾ ਤਾਂ ਸਵਾਸਥ ਵੀ ਠੀਕ ਨਹੀਂ, ਪਰ ਯਾਦ ਰੱਖੋ ਜਿਹਨਾਂ ਗੱਲਾਂ ਦੇ ਪਿੱਛੇ ਤੁਸੀਂ ਪ੍ਰਾਣ ਲਾ ਕੇ ਬੈਠੇ ਹੋ, ਪ੍ਰਾਣਾਂ ਦੀ ਬਾਜ਼ੀ ਲਾ ਕੇ ਬੈਠੇ ਹੋ, ਸੱਚ ਝੂਠ ਬੋਲਦੇ ਹੋ, ਦੇਸ਼ ਵਿਦੇਸ਼ ਚਲੇ ਜਾਂਦੇ ਹੋ, ਭਾਈ ਭਾਈ ਦੇ ਨਾਲ, ਪਿਤਾ ਪੁੱਤਰ ਦੇ ਨਾਲ ਇੱਕ ਦੂਜੇ ਨਾਲ ਠੱਗੀ ਕਰਦੇ ਹੋ, ਮਤਲਬ ਫਿਰ ਝੂਠੇ ਨਾਤ ਨਾਲ ਉਦਾਂ ਹੀ ਵੱਜੀ ਜਾਂਦਾ ਹੈ। ਸਰਮਾਇਆ ਕਿਆ ਕਰਨਾ, ਸਰਮਾਇਆ ਤਾਂ ਭਾਵਾਂ ਤੁਹਾਡੇ ਸੋਨੇ ਦੇ ਮਹਿਲ ਕਿਉਂ ਨਾ ਬਣ ਜਾਣ, ਜੇ ਤੁਹਾਡੇ ਮਨ ਨੂੰ ਸ਼ਾਂਤੀ ਹੈ ਨਹੀਂ ਤਾਂ ਉਹ ਤਾਂ ਮਿੱਟੀ ਦੇ ਕੋਠਿਆਂ ਨਾਲੋਂ ਵੀ ਬੁਰੇ ਹਨ। ਜਿਹਨਾਂ ਲੋਕਾਂ ਨੂੰ ਸ਼ਾਂਤੀ ਹੈ ਉਹ ਮੰਗ ਕੇ ਟੁਕੜੇ ਕਿਉਂ ਨਾ ਖਾਂਦੇ ਹੋਣ, ਉਹਨਾਂ ਨੂੰ ਬੈਠਣ ਨੂੰ ਛਪਰੀ ਵੀ ਨਾ ਹੋਵੇ, ਉਹ ਤਾਂ ਰਾਜਿਆਂ ਨੂੰ ਦੇਖ ਕੇ ਹੱਸਦੇ ਹੁੰਦੇ ਹਨ। ਉਹ ਸ਼ਾਂਤੀ ਨੂੰ ਪ੍ਰਾਪਤ ਕਰੋ ਤੁਸੀਂ, ਉਹ ਸ਼ਾਂਤੀ ਦਾ ਆਹੀ ਮਾਰਗ ਹੈ। ਕਹਤੇ ਪਿਆਸ ਨਹੀਂ ਤੋ ਸਾਗਰ ਕਿਆ, ਪਿਆਸ ਨਹੀਂ ਤੋ ਸਾਗਰ ਕਿਆ, ਜੋ ਪਿਆਰ ਨਹੀਂ ਤੋ ਆਦਰ ਕਿਆ, ਕ੍ਰਾਂਤੀ ਨਹੀਂ ਤੋ ਜੋਬਨ ਕਿਆ, ਜਬ ਸ਼ਾਂਤੀ ਨਹੀਂ ਤੋ ਜੀਵਨ ਕਿਆ। ਉਹਨਾਂ ਲੋਕਾਂ ਨੂੰ ਮਰੇ ਵੀ ਸਮਝਣਾ ਚਾਹੀਦਾ ਆਪਣੇ ਆਪ ਨੂੰ, ਜਿਹਨਾਂ ਨੂੰ ਸਭ ਕੁਝ ਪ੍ਰਾਪਤ ਹੋਗਾ ਫਿਰ ਸ਼ਾਂਤ। ਇਹ ਸ਼ਾਂਤੀ ਦਾ ਕੇਂਦਰ ਹੈ। ਜਿਤਨੀ ਵੀ ਤੁਸੀਂ ਸ਼ਾਂਤੀ ਚਾਹੋ ਉਤਨੀ ਹੀ ਪ੍ਰਾਪਤ ਹੋ ਸਕਦੀ ਹੈ। ਇਹ ਗੱਲ ਨਹੀਂ ਕਿ ਤੁਸੀਂ ਧਨ ਕਰਕੇ ਗਰੀਬ ਹੋ ਜਾਂ ਅਮੀਰ ਹੋ, ਗਰੀਬੀ ਤਾਂ ਅੰਦਰ ਦੀ ਬੁਰੀ ਹੁੰਦੀ ਹੈ। ਸਭ ਕੁਛ ਹੁੰਦਿਆਂ ਹੋਇਆਂ ਫਿਰ ਜਿਹੜੀ ਉਹ ਅੱਗ ਲੱਗੀ ਰਹਿੰਦੀ 24 ਘੰਟੇ, ਉਸ ਧਨ ਨੂੰ ਕਿਆ ਕਰਨਾ, ਉਸ ਪਰਿਵਾਰ ਨੂੰ ਕਿਆ ਕਰਨਾ। ਉਹ ਸ਼ਾਂਤੀ ਨੂੰ ਪ੍ਰਾਪਤ ਕਰੋ, ਆਪਣੇ ਜੀਵਨ ਨੂੰ ਸਫਲ ਕਰੋ। ਜੇ ਤੁਹਾਡੇ ਮਨ ਵਿੱਚ ਸ਼ਾਂਤੀ ਹੋਊਗੀ ਤਾਂ ਤੁਸੀਂ ਚੰਗੇ ਕੰਮ ਸੋਚੋਗੇ, ਜੇ ਤੁਹਾਡਾ ਮਨ ਸ਼ਾਂਤ ਹੋਊਗਾ ਤਾਂ ਤੁਸੀਂ ਬੁਰੇ ਹੀ ਕੰਮ ਸੋਚੋਗੇ, ਜੇ ਤੁਸੀਂ ਕਿਸੇ ਦਾ ਬੁਰਾ ਸੋਚੋਗੇ
ਤਾਂ ਤੁਹਾਡਾ ਭਲਾ ਕਿੱਥੋਂ ਹੋ ਜਾਵੇਗਾ ਬਈ? ਭਲਾ ਤਾਂ ਉਹਨਾਂ ਲੋਕਾਂ ਦਾ ਹੋਇਆ ਕਰਦਾ ਹੈ ਜਿਹੜੇ ਲੋਕ ਦੂਸਰੇ ਦਾ ਭਲਾ ਸੋਚਿਆ ਕਰਦੇ ਹਨ। ਤੁਸੀਂ ਜਿੰਨੇ ਵੀ ਇੱਥੇ ਲੋਕ ਆਏ ਹੋਏ ਨੇ, ਸਭ ਸੱਜਣ ਲੋਕ ਆਏ ਹੋਏ ਨੇ, ਸਭ ਦੇ ਚਿੱਤ ਦੇ ਵਿੱਚ ਦਇਆ ਹੈ, ਸਭ ਦੇ ਹਿਰਦੇ ਦੇ ਵਿੱਚ ਪਰਮਾਤਮਾ ਦੀ ਪ੍ਰਤੀ ਭਾਵਨਾ ਹੈ ਔਰ ਗਊ ਮਾਤਾ ਦੇ ਪ੍ਰਤੀ ਭਾਵਨਾ ਹੈ, ਸੰਤਾਂ ਗੁਰੂਆਂ ਲੋਕਾਂ ਦੇ ਪ੍ਰਤੀ ਭਾਵਨਾ ਹੈ। ਤੁਸੀਂ ਕਿਸੇ ਭਾਵਨਾ ਨੂੰ ਲੈ ਕੇ ਇੱਥੇ ਆਏ, ਇਸ ਕਰਕੇ ਜਿਹੜੇ ਉਹ ਭੈੜੇ ਲੋਕ ਹਨ ਉਹ ਤਾਂ ਇੱਥੇ ਆ ਹੀ ਨਹੀਂ ਸਕਦੇ ਹਨ, ਉਹਨਾਂ ਦਾ ਭਾਗ ਜਿਹੜਾ ਉਹ ਸਾਥ ਹੀ ਨਹੀਂ ਦਿੰਦਾ ਹੈ। ਜਿਹਨਾਂ ਲੋਕਾਂ ਦੀ ਕਿਸਮਤ ਨੇ ਸਾਥ ਦਿੱਤਾ ਉਹੀ ਲੋਕ ਇੱਥੇ ਆਏ ਹੋਏ ਨੇ, ਉਹਨਾਂ ਲੋਕਾਂ ਦੀ ਇੱਥੇ ਸਰਾਹਣਾ ਹੋ ਰਹੀ ਹੈ। ਪਰ ਅਸੀਂ ਇਹਦੇ ਵੀ ਤੁਹਾਨੂੰ ਹੋਰ ਚੰਗਾ ਦੇਖਣਾ ਚਾਹੁੰਦੇ ਹਾਂ। ਅਸੀਂ ਤੁਹਾਡੇ ਮਕਾਨਾਂ 'ਚ ਰਹਿੰਦੇ ਹਾਂ, ਤੁਹਾਡੇ ਵਸਤਰ ਪਹਿਨਦੇ ਹਾਂ, ਤੁਹਾਡੀਆਂ ਰੋਟੀਆਂ ਖਾਂਦੇ ਹਾਂ, ਸਾਨੂੰ ਤਾਂ ਕਿਤੇ ਉਂਗਲੀ ਰੱਖਣ ਨੂੰ ਵੀ ਆਪਣੀ ਜਗ੍ਹਾ ਨਹੀਂ ਹੈਗੀ। ਜਿੱਥੇ ਐ ਉਂਗਲੀ ਰੱਖ ਕੇ ਕਹਿ ਦਈਏ ਸਾਡੀ ਆ ਜਗ੍ਹਾ ਹੈ, ਸਾਡਾ ਤਾਂ ਜੰਮਣ ਮਰਨ ਸਭ ਤੁਹਾਡੇ ਸਿਰਪਰੇ ਹੋ ਰਿਹਾ ਹੈ। ਇਸ ਕਰਕੇ ਤੁਹਾਨੂੰ ਚੰਗੇ ਦੇਖਣਾ ਚਾਹੁੰਦੇ ਹਾਂ। ਉਹ ਜਿਹੜੀ ਤੁਹਾਡੇ ਅੰਦਰ ਕਲਪਨਾ ਹੈ ਉਸ ਕਲਪਨਾ ਨੂੰ ਦੂਰ ਕਰਨਾ ਚਾਹੁੰਦੇ ਹਾਂ। ਨਿਰੀ ਸੰਤ ਰਬਾਨੀ ਜ਼ਬਾਨੀ ਗੱਲਾਂ ਨਹੀਂ ਕਿਹਾ ਕਰਦੇ, ਕੁਛ ਇਹਨਾਂ ਨੇ ਦੇਖੀਆਂ ਵੀ ਹੁੰਦੀਆਂ, ਕੁਛ ਅਨੁਭਵ ਕੀਤੀਆਂ ਵੀ ਹੁੰਦੀਆਂ ਨੇ। ਅਸੀਂ ਤੁਹਾਡੀ ਦੁਨੀਆਂ ਵਿੱਚ ਰਹਿ ਕੇ ਦੇਖਿਆ ਹੈ, ਬਹੁਤ ਦਿਨਾਂ ਤੱਕ ਤੁਹਾਡੀ ਦੁਨੀਆਂ ਦਾ ਅਨੁਭਵ ਕੀਤਾ ਹੈ ਔਰ ਬੜੀ ਕੋਸ਼ਿਸ਼ ਕਰਕੇ ਦੇਖ ਔਰ ਏਦਾਂ ਦੀ ਕੋਸ਼ਿਸ਼ ਕਰਕੇ ਦੇਖੀ ਵੀ ਜਿਹੜੀ ਤੁਸੀਂ ਸੋਚ ਵੀ ਨਾ ਸਕਦੇ ਹੋਣਗੇ। ਨਾ ਅਸੀਂ ਹਾਥੀ 'ਤੇ ਡਰਦੇ ਤੇ, ਨਾ ਸ਼ੇਰ 'ਤੇ ਡਰਦੇ ਤੇ, ਨਾ ਚੋਰ 'ਤੇ ਡਰਦੇ ਤੇ, ਨਾ ਕਿਸੇ ਆਦਮੀ 'ਤੇ ਡਰਦੇ ਥੇ, ਪਤਾ ਹੀ ਨਹੀਂ ਥਾ। ਇਤਨੀ ਅੱਗ ਲੱਗੀ ਵੀ ਤੀ ਅੰਦਰ ਬਈ ਕਿੱਥੇ ਬੁਝੂਗੀ ਜਾ ਕੇ। ਮਗਰ ਜਦ ਗੁਰੂ ਲੋਕਾਂ ਦੀ ਕਿਰਪਾ ਹੋਈ, ਉਹ ਗੁਰੂ ਲੋਕਾਂ ਦੇ ਕਰ ਪਾਤਰ ਦੇ ਅੰਦਰ ਦੇਖ ਲਓ ਕਿਤਨੀ ਸ਼ਕਤੀ ਹੁੰਦੀ ਹੈ। ਇਸ ਵਕਤ ਸ਼ੀਸ਼ ਵੱਲ ਨੂੰ ਅੱਜ ਤੱਕ ਹੱਥ ਕਰ ਦਿੱਤਾ, ਉਹਦਾ ਸਾਰਾ ਕੁਛ ਹੀ ਖਤਮ ਕਰ ਦਿੰਦੇ ਹਨ। ਆ ਗਈ ਦਿਲ ਮੈਂ ਦਿਆ, ਆ ਗਈ ਦਿਲ ਮੈਂ ਦਿਆ, ਕਤਰੇ ਸੇ ਦਰਿਆ ਕਰ ਦੀਆ, ਪੜ ਗਈ ਜਿਸ ਪਰ ਨਜ਼ਰ ਬੰਦੇ ਸੇ ਮੌਲਾ ਕਰ ਦੀਆ। ਕਿਤਨੀ ਸ਼ਕਤੀ ਹੁੰਦੀ ਹੈ ਉਹਨਾਂ ਦੇ ਨੇਤਰਾਂ ਦੇ ਵਿੱਚ, ਕਿਤਨੀ ਦਿਆਲਤਾ ਹੁੰਦੀ ਉਹਨਾਂ ਦੇ ਹਿਰਦੇ ਦੇ ਵਿੱਚ। ਜੇ ਤੁਸੀਂ ਸੰਤਾਂ ਕੋਲ ਆਉਂਦੇ ਜਾਂਦੇ ਹੋ ਤਾਂ ਸੰਤਾਂ ਦੀ ਗੱਲ ਕੋਲ ਵਿਸ਼ਾ ਕਰੋ ਬਈ, ਸੱਚਮੁੱਚ ਜਿੱਕਰ ਤੁਹਾਨੂੰ ਸੰਤਾਂ ਨੇ ਪਹਿਲੇ ਦੱਸਿਆ ਹੈ ਕਿ ਬਈ ਗਊ ਨੂੰ ਰੋਟੀ ਦੇ ਦਈਏ ਤਾਂ 33 ਕਰੋੜ ਦੇਵਤਾ ਨੂੰ ਭਗਵਾਨ ਦੇ ਸਹਿਤ ਭੋਗ ਲੱਗ ਜਾਂਦਾ ਹੈ, ਉਹ ਤੁਹਾਡੇ ਜਚਦੀ ਹੈ ਜੀ। ਕਿਉਂ ਨਹੀਂ ਜਚਦੀ? ਇਸ ਮਾਰਗ ਨੂੰ ਤੁਸੀਂ ਬਹੁਤ ਕਠਿਨ ਸਮਝਦੇ ਹੋ। ਤੁਸੀਂ ਦੇਵੀ ਨੂੰ ਭੋਗ ਲਗਵਾਓ ਤਾਂ ਕੱਲੀ ਨੂੰ ਲੱਗੂਗਾ, ਕਿਸੇ ਦੇਵਤਾ ਨੂੰ ਭੋਗ ਲਗਵਾਓ ਤਾਂ ਕੱਲੇ ਨੂੰ ਲੱਗੂ, ਕਿਸੇ ਦੇਹਰੇ ਨੂੰ ਭੋਗ ਲਗਵਾਓ ਤਾਂ ਕੱਲੇ ਨੂੰ ਲੱਗੂਗਾ। ਪਰ ਜੇ ਤੁਸੀਂ ਗਊ ਨੂੰ ਭੋਗ ਲਗਵਾ ਦੋਗੇ, 33 ਕਰੋੜ ਦੇਵਤਾ ਕਿੰਨਾ ਹੁੰਦਾ ਗਿਣ ਕੇ ਦੇਖੋ,
ਭਗਵਾਨ ਦੇ ਸਹਿਤ ਉਹਨੂੰ ਭੋਗ ਲੱਗ ਜਾਂਦਾ। ਤੁਹਾਡੇ ਜਿਹੜੇ ਬਜ਼ੁਰਗ ਤੇ ਜਿਹੜੀਆਂ ਤੁਹਾਡੀਆਂ ਮਾਵਾਂ ਥੀਆਂ ਦਾਦੀਆਂ ਥੀਆਂ ਉਹ ਸੱਚਮੁੱਚ ਪਹਿਲੇ ਭਗਵਾਨ ਨੂੰ ਭੋਗ ਲਗਵਾਇਆ ਕਰਦੀਆਂ ਥੀਆਂ। ਤੁਸੀਂ ਇਸ ਗੱਲ ਨੂੰ ਨਹੀਂ ਸਮਝੀਆਂ, ਹੁਣ ਤਾਂ ਗੱਲੇ ਗਈ ਆਈ। ਅੱਜ ਗੁਰੂ ਸੰਤਾਂ ਨੇ ਦੱਸਿਆ ਬਈ ਜਿੱਥੇ ਗਊ ਦਾ ਗੋਬਰ ਫੇਰਿਆ ਜਾਂਦਾ ਤਾਂ ਉੱਥੇ ਲਕਸ਼ਮੀ ਦਾ ਵਾਸ ਹੋਇਆ ਕਰਦਾ। ਹੁਣ ਕੌਣ ਚੁੱਲ੍ਹੇ ਲਿਪਦਾ, ਹੁਣ ਤਾਂ ਗਧਿਆਂ ਦੀ ਲਿੱਦ ਦੇ ਨਾਲ ਘੋੜਿਆਂ ਦੀ ਲਿੱਦ ਦੇ ਨਾਲ ਤੰਦੂਰ ਨਾਲ ਲਿਪਦੇ ਹਨ। ਖੜੀਆਂ ਖੜੀਆਂ ਖੜਾਵਾਂ ਪਾਈਆਂ ਵੀ ਜੁੱਤੀਆਂ ਪਾਈਆਂ ਵੀ ਖੜੀਆਂ ਖੜੀਆਂ ਪਕਾ ਲੈਂਦੀਆਂ ਹਨ, ਖੜੀਆਂ ਖੜੇ ਖਾ ਲੈਂਦੇ ਹਨ। ਪਕਾਉਣ ਵਾਲੀਆਂ ਵੀ ਖੜੀਆਂ ਖੜੀਆਂ ਔਰ ਖਾਣ ਵਾਲੇ ਵੀ ਖੜੇ ਖੜੇ। ਇੱਕੇ ਗੱਲ ਰਹਿ ਗਈ ਕਿ ਪਸ਼ੂਆਂ ਵਾਂਗੂਣ ਮਲ ਮੂਤਰ ਨਹੀਂ ਖੜੇ ਖੜੇ ਤਿਆਗਦੇ। ਉਹ ਅੱਧ ਪੁਰਾਦ ਹੈਗਾ, ਉਹ ਅੱਧ ਫਿਰ ਵੀ ਉਹ ਵੀ ਖਤਮ ਹੋ ਜਾਣਾ ਕਿਸੇ ਦਿਨ। ਇਹਨਾਂ ਨੇ ਹੁਣ ਟੱਕੀਆਂ ਖੜੀਆਂ ਬਣਵਾ ਲਈਆਂ। ਬਈ ਇਹ ਜਿਹੜੇ ਖੜੇ ਹੋ ਕੇ ਵਿਸ਼ਾਪ ਕਰਦੇ ਨੇ, ਇਹਨਾਂ ਨੂੰ ਕਿੱਥੇ ਗਿਆਨ ਆ ਜਾਊਗਾ? ਇਹ ਕਿੱਥੋਂ ਸੰਤਾਂ ਦੀਆਂ ਗੱਲਾਂ ਸੁਣਨਗੇ? ਇਹ ਕਿੱਥੇ ਵੇਦਾਂ ਗ੍ਰੰਥਾਂ ਨੂੰ ਪੜ੍ਹਨਗੇ? ਸਿਆਣੇ ਬਣੋ। ਉਹ ਜਿਹੜੀਆਂ ਤੁਹਾਡੀਆਂ ਮਾਵਾਂ ਥੀਆਂ ਉਹ ਜਦ ਰੋਟੀ ਪਕਾਉਣ ਲੱਗਦੀਆਂ ਥੀਆਂ ਤਾਂ ਆਟਾ ਇੱਕ ਪੇੜਾ ਤੋੜ ਕੇ ਪਿੱਛੇ ਰੱਖ ਦਿਆ ਕਰਦੀਆਂ ਥੀਆਂ। ਪਰ ਕਿਸੇ ਨੂੰ ਪੁੱਛ ਕੇ ਦੇਖੋ ਵੀ ਇੱਦਾਂ ਕਿਉਂ? ਉਹ ਕਹਿੰਦੀ ਮੇਰੀ ਮਾਂ ਰੱਖਦੀ ਹੁੰਦੀ ਸੀ। ਉਹਨੂੰ ਪੁੱਛੋ ਕਹਿੰਦਾ ਮੇਰੀ ਮਾਂ ਰੱਖਦੀ ਹੁੰਦੀ ਸੀ। ਪਰ ਨਹੀਂ, ਉਹ ਬੜੇ ਸਿਆਣੇ ਲੋਕ ਥੇ, ਉਹ ਪਰਮਾਤਮਾ ਦਾ ਹਿੱਸਾ ਕੱਢ ਕੇ ਪਹਿਲੇ ਹੀ ਰੱਖ ਦਿੰਦੇ ਸੀ। ਪਰਮਾਤਮਾ ਨੂੰ ਭੋਗ ਲਗਵਾ ਦਿੰਦੇ ਤੇ ਉਹ ਪੇੜਾ ਪਿੱਛੇ ਰੱਖ ਕੇ ਭਾਵੇਂ ਫਿਰ ਆਪੇ ਪਕਾ ਲੈਂਦੇ ਥੇ। ਇੱਕ ਰੋਟੀ ਜਿਹੜੀ ਪਕਾਉਣੀ ਉਹਦੇ ਚੋਂ ਗਊ ਨੂੰ ਵੀ ਟੁਕੜਾ ਦੇ ਦੇਣਾ, ਕੁੱਤਿਆਂ ਨੂੰ ਵੀ ਪਾ ਦੇਣਾ, ਕਾਗਰਾਂ ਨੂੰ ਵੀ ਪਾ ਦੇਣਾ। ਉਹ ਲੋਕ ਬਹੁਤ ਸਿਆਣੇ ਤੇ ਔਰ ਬੜੇ ਭਾਗਸ਼ਾਲੀ ਥੇ। ਉਹਨਾਂ ਕੋਲ ਕੁਛ ਵੀ ਨਹੀਂ ਤਾਂ ਉਹਨਾਂ ਦੇ ਹਿਰਦੇ ਜਿਹੜੇ ਸ਼ਾਂਤ ਰਹਿੰਦੇ ਹੁੰਦੇ ਥੇ। ਇਹ ਜਿਹੜੀ ਗਊ ਮਾਤਾ ਹੈ ਇਹਦੀ ਕਿੱਥੇ ਤੱਕ ਤੁਹਾਡੇ ਕੋਲ ਸਿਫਤ ਕਰਨੀ ਹੈ? ਕਿਸੇ ਨੇ ਕਿਸੇ ਘਰ ਦੇ ਵਿੱਚ 100 ਸਾਲ ਇੱਕ ਗਾਂ ਨੂੰ ਰੱਖ ਲਵੇ ਕੋਈ, ਇੱਕ ਗਾਂ ਉਹਦੀ ਗਾਹਾਂ ਔਲਾਦ 100 ਸਾਲ ਗਿਣ ਕੇ ਰੱਖ ਲਵੇ, ਕਹਿੰਦੇ ਸਵਾ ਮਣ ਉਹਦੇ ਘਰ ਦੇ ਵਿੱਚ ਸੋਚਣਾ ਹੋ ਜਾਂਦਾ। ਇੱਕ ਗਾਂ ਦੀ ਔਲਾਦ ਨੂੰ ਗਿਣ ਕੇ ਦੇਖੋ ਤੁਸੀਂ। ਇੱਥੇ ਕੋਈ ਸੱਜਣ ਆਏ ਵੀ ਇਹਨੂੰ ਉਹ ਜਾਣਦੇ ਹੋਣਗੇ, ਰਕਵਾ ਸਾਹਿਬ ਜਿੱਥੇ ਸਤਾਰ ਲਿਆ ਹੈ ਉੱਥੇ ਇੱਕ ਪੂਰਨ ਸਿੰਘ ਭਗਤ ਸਾਹਿਬ। ਜਦ ਪਾਕਿਸਤਾਨ ਬਣਿਆ, ਪਾਕਿਸਤਾਨ ਬਣਨ ਦੇ ਨਾਲ ਗਊਆਂ ਲੋਕਾਂ ਨੇ ਖੁੱਲ੍ਹੀਆਂ ਛੱਡ ਦਿੱਤੀਆਂ, ਤਾਂ ਉਹਨਾਂ ਦੇ ਕਿਤੀ ਬੱਛੀ ਕਾ ਜਾਇਆ ਕਰਨੀ ਰਾਤ ਨੂੰ, ਮੱਝਾਂ ਰੱਖਦੇ ਤੇ ਉਹਨੇ ਆ ਕੇ ਸੰਨੀ ਸੁੰਨੀ ਖਾ ਜਾਣੀ, ਸਵੇਰ ਨੂੰ ਵਿੱਚ ਹੀ ਬੈਠ ਜਾਣਾ ਉੱਥੇ। ਜਾਂ ਦੇਖਣੀ ਤਾਂ ਉਹਨਾਂ ਨੇ ਉਹ ਨੌਕਰਾਂ ਨੇ ਡੰਡਾ ਡੁੰਡਾ ਮਾਰ ਕੇ ਕੱਢ ਦੇਣੀ, ਕਿਤੇ ਉਹ ਭਗਤ ਨੇ ਵੀ ਦੇਖ ਲਈ, ਕਹਿੰਦਾ ਉਹ ਤਾਂ ਰੋਜ਼ੇ ਆਉਂਦੀ ਹੈ, ਇਹਨੂੰ ਕਾਹਨੂੰ ਡੰਡੇ ਮਾਰਦੇ ਹਨ? ਬਈ ਇਹਨੂੰ ਬੰਨ ਲਓ, ਜਿਹਦੀ ਹੋਊਗੀ ਲੈ ਜਾਊਗਾ। ਬੰਨ ਲਈ ਕੀ ਨਿਆਮ ਨਾ ਸਭ ਨੂੰ ਲੈ ਜਾਣ ਨੂੰ। ਆਹ 10-15 ਸਾਲ ਹੋ ਗਏ, ਉਹਨਾਂ ਦੇ ਲੜਕੇ ਨੇ ਇੰਗਲੈਂਡ ਨੂੰ ਜਾਣਾ ਥਾ। ਇੰਗਲੈਂਡ ਨੂੰ ਜਾਣਾ ਤਾਂ ਗਊਆਂ ਦੀ ਸੇਵਾ ਉਹੀ ਕਰਦਾ ਥਾ।
40 ਗਊਆਂ ਵੇਚੀਆਂ ਉਹਨੇ ਜਿਹੜੀਆਂ ਛੰਟਵੀਆਂ ਪਈਆਂ, ਕੋਈ 8,000 ਦੀ, ਕੋਈ 10,000 ਦੀ, ਉਹ ਵੇਚ ਕੇ ਚਲਾ ਗਿਆ। ਵਿੱਚ ਜਿਹੜੀਆਂ ਨਿਕੰਮੀਆਂ ਤੇ ਉਹਨਾਂ ਨੂੰ ਛੱਡ ਗਿਆ। ਫਿਰ ਜਦ ਉਹ ਮੁੜ ਕੇ ਆਇਆ ਦੋ 3 ਸਾਲੀ, ਤਾਂ ਮੁੜ ਕੇ 19 ਫੇਰ ਬਣੀਆਂ ਮੀਆਂ।